ਦਰਬਾਰ ਸਾਹਿਬ 'ਚ ਆ ਕੇ ਬੰਦਿਆਂ ਨੂੰ ਲੱਗਦਾ ਕਿ ਬੰਦਾ ਕਿੰਨਾ ਛੋਟਾ ਹੈਗਾ ਹੈ ਰੱਬ ਦੇ ਅੱਗੇ। ਅੱਜ ਮੈਂ ਆਇਆ, ਮੈਨੂੰ ਜੋ ਵੀ ਕੁਝ ਦਿੱਤਾ ਰੱਬ ਨੇ ਉਹਦਾ ਸ਼ੁਕਰੀਆ ਅਦਾ ਕਰਨ ਆਇਆ। ਮੈਂ ਛੋਟੇ ਜਿਹੇ ਸ਼ਹਿਰ ਤੋਂ ਆਇਆ ਸੀ, ਬੰਬਈ ਜਾ ਕੇ ਮੈਂ ਆਪਣੀ ਕਿਸਮਤ ਅਜ਼ਮਾਈ, ਅੱਜ ਮੈਂ ਇੱਥੇ ਆਇਆ ਅਤੇ ਮੈਨੂੰ ਬਸ ਰੱਬ ਦਾ ਥੈਂਕ ਯੂ ਧੰਨਵਾਦ ਕਰਨਾ ਸੀ, ਉਹ ਮੈਂ ਕੀਤਾ। ਅਤੇ ਜਿਹੜੀ ਮੇਰੀ ਫਿਲਮ ਉੱਚਾਈ ਰਿਲੀਜ਼ ਹੋਈ ਹੈ ਉਹਦੀ ਸਫਲਤਾ ਵਾਸਤੇ ਵੀ ਪ੍ਰਾਰਥਨਾ ਕਰਨ ਆਇਆ ਸੀ। ਅਸੀਂ ਤਾਂ ਇੱਥੇ ਮੈਂ ਲੈਕਚਰ 'ਚ ਆਇਆ, ਬਟ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਹੋਈ ਹੈ, ਸ਼ਾਂਤੀ ਮਿਲੀ ਹੈ, ਬਲਕਿ ਰੋਣਾ ਵੀ ਆਉਂਦਾ ਕਿ ਥੈਂਕ ਯੂ ਰੱਬ ਜੀ, ਤੁਸੀਂ ਮੇਰਾ ਇੱਥੇ ਇੰਨਾ ਖਿਆਲ ਰੱਖਿਆ ਹੈ। ਫੈਨਸ ਨੂੰ ਕਹਿਣਾ ਚਾਹਾਂ ਜੀ, ਓਨਾ ਹੀ ਬਸ ਪਿਆਰ ਕਰਦੇ ਨੇ ਜਿੰਨਾ 38 ਸਾਲਾਂ 'ਚ ਕਰ ਰਹੇ ਨੇ ਮੈਨੂੰ। ਮੈਂ 532 ਫਿਲਮਾਂ ਕਰਨੀਆਂ ਮੈਂ, ਅਤੇ ਆਪਣਾ ਪਿਆਰ ਬਰਕਰਾਰ ਰੱਖੇ, ਰੱਬ ਦੀ ਮਿਹਰ ਬਰਬਾਰ ਹਮੇਸ਼ਾ ਬਰਕਰਾਰ ਰਹੇ, ਹੋਰ ਕੀ ਚਾਹੀਦਾ ਮੈਨੂੰ। ਦਰਬਾਰ ਸਾਹਿਬ 'ਚ ਆ ਕੇ ਬੰਦਿਆਂ ਨੂੰ ਲੱਗਦਾ ਕਿ ਬੰਦਾ ਕਿੰਨਾ ਛੋਟਾ ਹੈਗਾ ਹੈ ਰੱਬ ਦੇ ਅੱਗੇ। ਅੱਜ ਮੈਂ ਆਇਆ, ਮੈਨੂੰ ਜੋ ਵੀ ਕੁਝ ਦਿੱਤਾ ਰੱਬ ਨੇ ਉਹਦਾ ਸ਼ੁਕਰੀਆ ਅਦਾ ਕਰਨ ਆਇਆ। ਮੈਂ ਛੋਟੇ ਜਿਹੇ ਸ਼ਹਿਰ ਤੋਂ ਆਇਆ ਸੀ, ਬੰਬਈ ਜਾ ਕੇ ਮੈਂ ਆਪਣੀ ਕਿਸਮਤ ਅਜ਼ਮਾਈ, ਅੱਜ ਮੈਂ ਇੱਥੇ ਆਇਆ ਅਤੇ ਮੈਨੂੰ ਬਸ ਰੱਬ ਦਾ ਥੈਂਕ ਯੂ ਧੰਨਵਾਦ ਕਰਨਾ ਸੀ, ਉਹ ਮੈਂ ਕੀਤਾ। ਅਤੇ ਜਿਹੜੀ ਮੇਰੀ ਫਿਲਮ ਉੱਚਾਈ ਰਿਲੀਜ਼ ਹੋਈ ਹੈ ਉਹਦੀ ਸਫਲਤਾ ਵਾਸਤੇ ਵੀ ਪ੍ਰਾਰਥਨਾ ਕਰਨ ਆਇਆ ਸੀ। ਅਸੀਂ ਤਾਂ ਇੱਥੇ ਮੈਂ ਲੈਕਚਰ 'ਚ ਆਇਆ, ਬਟ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਹੋਈ ਹੈ, ਸ਼ਾਂਤੀ ਮਿਲੀ ਹੈ, ਬਲਕਿ ਰੋਣਾ ਵੀ ਆਉਂਦਾ ਕਿ ਥੈਂਕ ਯੂ ਰੱਬ ਜੀ, ਤੁਸੀਂ ਮੇਰਾ ਇੱਥੇ ਇੰਨਾ ਖਿਆਲ ਰੱਖਿਆ। ਫੈਨਸ ਨੂੰ ਕਹਿਣਾ ਚਾਹਾਂ ਜੀ, ਓਨਾ ਹੀ ਬਸ ਪਿਆਰ ਕਰਦੇ ਨੇ ਜਿੰਨਾ 38 ਸਾਲਾਂ 'ਚ ਕਰ ਰਹੇ ਨੇ ਮੈਨੂੰ। ਮੈਂ 532 ਫਿਲਮਾਂ ਕਰਨੀਆਂ ਮੈਂ, ਅਤੇ ਆਪਣਾ ਪਿਆਰ ਬਰਕਰਾਰ ਰੱਖੇ, ਰੱਬ ਦੀ ਮਿਹਰ ਬਰਬਾਰ ਹਮੇਸ਼ਾ ਬਰਕਰਾਰ ਰਹੇ, ਹੋਰ ਕੀ ਚਾਹੀਦਾ ਮੈਨੂੰ। ਦਰਬਾਰ ਸਾਹਿਬ 'ਚ ਆ ਕੇ ਬੰਦਿਆਂ ਨੂੰ ਲੱਗਦਾ ਕਿ ਬੰਦਾ ਕਿੰਨਾ ਛੋਟਾ ਹੈਗਾ ਹੈ ਰੱਬ ਦੇ ਅੱਗੇ। ਅੱਜ ਮੈਂ ਆਇਆ, ਮੈਨੂੰ ਜੋ ਵੀ ਕੁਝ ਦਿੱਤਾ ਰੱਬ ਨੇ ਉਹਦਾ ਸ਼ੁਕਰੀਆ ਅਦਾ ਕਰਨ ਆਇਆ। ਮੈਂ ਛੋਟੇ ਜਿਹੇ ਸ਼ਹਿਰ ਤੋਂ ਆਇਆ ਸੀ, ਬੰਬਈ ਜਾ ਕੇ ਮੈਂ ਆਪਣੀ ਕਿਸਮਤ ਅਜ਼ਮਾਈ, ਅੱਜ ਮੈਂ ਇੱਥੇ ਆਇਆ ਅਤੇ ਮੈਨੂੰ ਬਸ ਰੱਬ ਦਾ ਥੈਂਕ ਯੂ ਧੰਨਵਾਦ ਕਰਨਾ ਸੀ, ਉਹ ਮੈਂ ਕੀਤਾ। ਅਤੇ ਜਿਹੜੀ ਮੇਰੀ ਫਿਲਮ ਉੱਚਾਈ ਰਿਲੀਜ਼ ਹੋਈ ਹੈ ਉਹਦੀ ਸਫਲਤਾ ਵਾਸਤੇ ਵੀ ਪ੍ਰਾਰਥਨਾ ਕਰਨ ਆਇਆ ਸੀ। ਅਸੀਂ ਤਾਂ ਇੱਥੇ ਮੈਂ ਲੈਕਚਰ 'ਚ ਆਇਆ, ਬਟ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਹੋਈ ਹੈ, ਸ਼ਾਂਤੀ ਮਿਲੀ ਹੈ, ਬਲਕਿ ਰੋਣਾ ਵੀ ਆਉਂਦਾ ਕਿ ਥੈਂਕ ਯੂ ਰੱਬ ਜੀ, ਤੁਸੀਂ ਮੇਰਾ ਇੱਥੇ ਇੰਨਾ ਖਿਆਲ ਰੱਖਿਆ। ਫੈਨਸ ਨੂੰ ਕਹਿਣਾ ਚਾਹਾਂ ਜੀ, ਓਨਾ ਹੀ ਬਸ ਪਿਆਰ ਕਰਦੇ ਨੇ ਜਿੰਨਾ 38 ਸਾਲਾਂ 'ਚ ਕਰ ਰਹੇ ਨੇ ਮੈਨੂੰ। ਮੈਂ 532 ਫਿਲਮਾਂ ਕਰਨੀਆਂ ਮੈਂ, ਅਤੇ ਆਪਣਾ ਪਿਆਰ ਬਰਕਰਾਰ ਰੱਖੇ, ਰੱਬ ਦੀ ਮਿਹਰ ਬਰਬਾਰ ਹਮੇਸ਼ਾ ਬਰਕਰਾਰ ਰਹੇ, ਹੋਰ ਕੀ ਚਾਹੀਦਾ ਮੈਨੂੰ।